ਲਹਿਰਾ ਗਾਗਾ ਦੇ ਨਜ਼ਦੀਕੀ ਸ਼ਹਿਰ ਮੂਣਕ ਦੇ ਇੱਕ ਨੌਜਵਾਨ ਕਿਸਾਨ ਅਮਨ ਵੱਲੋਂ ਕਰਜ਼ੇ ਦੇ ਚੱਲਦੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਕਿ ਅਮਨ ਫਸਲ ਦੇ ਖਰਾਬ ਹੋਣ ਦੇ ਚੱਲਦੇ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਅਤੇ ਕਰਜ਼ੇ ਦਾ ਬੋਝ ਉਸ 'ਤੇ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਸੀ, ਜਿਸ ਦੇ ਚੱਲਦੇ ਉਸ ਨੇ ਆਤਮ ਹੱਤਿਆ ਕਰ ਲਈ। ਪੀੜਿਤ ਪਰਿਵਾਰ ਅਤੇ ਪਿੰਡ ਦੇ ਬਾਕੀ ਮੈਂਬਰਾਂ ਵੱਲੋਂ ਸਰਕਾਰ ਤੋਂ ਪੀੜਿਤ ਪਰਿਵਾਰ ਲਈ ਮਦਦ ਦੀ ਅਪੀਲ ਕੀਤੀ ਗਈ ਹੈ। ਖੇਤੀਬਾੜੀ ਕਰਿਆ ਕਰਿਆ ਸਾ ਜੀ, ਫਸਲ ਮਰ ਗਈ 2 ਵਾਰੀ, ਤੀਸਰੀ ਵਾਰੀ ਫਸਲ ਕਣਕਾਂ ਨੇ ਭੇਜ ਨਹੀਂ ਦਿਆ, ਜੀਰੀ ਮੈਂ ਕੁਛ ਬਚਿਆ ਨਹੀਂ, ਗਰਦੋਰੀਆਂ ਗਰਦੂਰੀਆਂ ਕਰਕੇ ਲਿਆ ਕਿਸੇ ਪਟਵਾਰੀ ਮੁੜਾ ਕੋਈ ਮਨ ਪੰਚ ਪੰਚ। ਕਿੰਨੇ ਸਮੇਂ ਤੋਂ ਪਰੇਸ਼ਾਨ ਰਹਿ ਰਿਹਾ ਸੀ? ਅੱਜ ਇਸ ਨੂੰ 2-3 ਸਾਲ ਹੋ ਗਏ ਪਰੇਸ਼ਾਨ ਰਹਿੰਦੇ ਨੂੰ। ਇਕੱਲਾ ਇਕੱਲਾ ਸਾਰਾ ਸੀ? ਹਾਂ, ਇਕੱਲਾ ਇਕੱਲਾ ਸੀ। ਕਿੰਨਾ ਕਰਜ਼ਾ ਸੀ ਜਿਹੜਾ ਜਿਹਦੇ ਕਰਕੇ ਸੁਸਾਈਡ ਕਰੇ ਜੀ? 13 ਲੱਖ ਰੁਪਇਆ ਤੋਂ ਬੈਂਕ ਕਾ 8 ਲੱਖ ਰੁਪਇਆ ਹਟ ਦਿਆ। ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਜੀ? ਮੰਗ ਕਰਾਂ ਜੀ, ਮੇਰਾ ਕਰਜ਼ਾ ਮਾਫ਼ ਹੋਣਾ ਚਾਹੀਦਾ ਮੈਨੂੰ, ਮੇਰੀ ਮਦਦ ਮਿਲਣੀ ਚਾਹੀਦੀ ਮੈਨੂੰ। ਹਾਂ, ਮਤਲਬ ਪਿਛਲੇ ਵਾਰੀ ਫਸਲ ਘੱਟ ਹੋਈ ਸੀ ਇਹਨਾਂ ਦੀ ਅਤੇ ਕੁਛ ਫਸਲ ਨੁਕਸਾਨੀ ਗਈ ਸੀ ਅਤੇ ਉਹ ਮੁੰਡਾ ਕੰਮਕਾਰ ਕਰਦਾ ਸੀ ਖੇਤੀ ਦਾ ਪੂਰਾ ਆਪ ਅਤੇ ਪਰੇਸ਼ਾਨ ਰਹਿਣ ਲੱਗ ਗਿਆ ਸੀ ਉਦੋਂ ਬਾਅਦ ਅਤੇ ਆਹ ਪਿੱਛੇ ਜੇ 2-3 ਦਿਨ ਹੋਏ ਨੇ ਉਹ ਫਿਰ ਸ਼ੂਹ ਛੱਡ ਕਰ ਗਿਆ ਉਹ, ਇਸ ਕਰਕੇ ਵੀ ਉਹ ਵਾਪਸ ਤਾਂ ਦਿਖਾਉਂਦਾ ਨਹੀਂ ਹੈਗਾ। ਅਤੇ ਸਾਡੀ ਇਹ ਮੰਗ ਹੈ, ਅਸੀਂ ਪੜੋਸੀ ਹਾਂ ਇਹਨਾਂ ਦੇ, ਬਈ ਇਹਨਾਂ ਦਾ ਜਿਹੜਾ ਕਰਜ਼ਾ ਹੈ ਉਹ ਮਾਫ਼ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਕੋਈ ਰਾਹਤ ਮਿਲ ਸਕੇ। ਵੀ ਲਚਾਰ ਆ ਇਹ ਲੱਤ ਤੋਂ ਅਤੇ ਅਸੀਂ ਮੰਗ ਕਰਦੇ ਹਾਂ ਇਹਦਾ ਕਰਜ਼ਾ ਮਾਫ਼ ਕੀਤਾ ਜਾਵੇ। ਮੈਰਿਡ ਸੀ ਜਾਂ ਅਨਮੈਰਿਡ ਸੀ? ਅਨਮੈਰਿਡ ਸੀ ਜੀ, 20-21 ਸਾਲ ਉਮਰ ਦੇ ਮੁੰਡੇ ਸੀ, ਉਮਰ ਹੋਈ ਸੀ। ਗਗਨ ਜੀ, ਕੀ ਸਾਰਾ ਮਸਲਾ ਹੋਇਆ ਜਿਹੜਾ ਲੜਕੀ ਨੇ ਸੁਸਾਈਡ ਕੀਤਾ ਹੈ, ਕਿੰਨੀ ਉਮਰ ਸੀ, ਕੀ ਨਾਮ ਸੀ? ਲੜਕੇ ਨੇ ਸੁਸਾਈਡ ਕਾਰਨ ਇੱਕ ਤਾਂ ਜਿਹੜੀਆਂ ਨੀਤੀਆਂ ਚੱਲ ਰਹੀਆਂ ਨੇ ਸਰਕਾਰਾਂ ਦੀਆਂ ਬਹੁਤ ਘਟੀਆਂ ਨੇ ਅਤੇ ਜਿਹਦੇ ਕਾਰਨ ਉਹਨੂੰ ਰੁਜ਼ਗਾਰ ਨਾ ਮਿਲਣ ਕਰਕੇ ਉਹ ਫਿਰ ਆਪਦੇ ਬਾਪ ਨਾਲ ਖੇਤੀ 'ਚ ਹੱਥ ਵਟਾਉਣ ਲੱਗ ਗਿਆ। ਅਤੇ ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਬਾਰਿਸ਼ ਜ਼ਿਆਦਾ ਕਰਨ ਕਰਕੇ ਇਹਨਾਂ ਦੀ ਜੀਰੀ ਮਰ ਗਈ ਅਤੇ ਜੀਰੀ ਜਦੋਂ ਦੁਬਾਰਾ ਲਾਈ ਤਾਂ ਉਸਦਾ ਝਾੜ ਵੀ ਉਸ ਤੋਂ ਬਹੁਤ ਘੱਟ ਸੀ। ਉਸ ਤੋਂ ਬਾਅਦ ਇਹਨਾਂ ਨੂੰ ਕਣਕ ਦੀ ਮਾਰ ਪੈ ਗਈ ਜਿਹਦੇ ਕਰਕੇ ਉਸ ਤੋਂ ਇਹ ਗੱਲਾਂ ਸਹਾਰੀਆਂ ਨਹੀਂ ਗਈਆਂ ਅਤੇ ਕਰਜ਼ੇ ਦੀ ਮਾਰ ਉਹਦੇ ਵੱਧ ਹੀ ਗਈ। ਪਹਿਲਾਂ ਕਰਜ਼ੇ ਦੇ ਵੰਡਾ ਵਾਧੂ ਸੀ ਬਾਪੂ ਦੇ ਸਿਰ 'ਤੇ ਅਤੇ ਦੂਸਰੀ ਹੋਰ ਵੱਧ ਗਈ ਜਦੋਂ ਫਸਲ ਨਾ ਹੋਈ ਅਤੇ ਇਸ ਕਰਕੇ ਉਸਨੂੰ ਮਾਨਸਿਕ ਤੌਰ 'ਤੇ ਲਗਾਤਾਰ ਪਰੇਸ਼ਾਨ ਰਹਿੰਦਾ ਗਿਆ ਜਿਸ ਕਰਕੇ ਉਸਨੂੰ ਇਹ ਕਦਮ ਚੱਕਣਾ ਪੈ ਗਿਆ। ਕਹਿੰਦਾ ਬਾਬੀ ਇੱਕ ਸਹਾਰਾ ਸੀ ਜੋ ਇਹਨਾਂ ਦਾ ਖੋਲਿਆ ਗਿਆ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ, ਕਿਉਂਕਿ ਜੇਕਰ ਰੁਜ਼ਗਾਰ ਹੁੰਦਾ ਤਾਂ ਉਹ ਆਪਦੇ ਰੁਜ਼ਗਾਰ 'ਤੇ ਲੱਗਿਆ ਹੁੰਦਾ ਤਾਂ ਫਿਰ ਇਹ ਕਦਮ ਨਾ ਚੱਕਣਾ ਪੈਂਦਾ ਉਹਨੂੰ। ਹੁਣ ਕੀ ਮੰਗ ਕਰਦੇ ਜੀ? ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਇਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ਼ ਕੀਤਾ ਜਾਵੇ ਅਤੇ ਇਹਨਾਂ ਨੂੰ ਮਾਲੀ ਤੌਰ 'ਤੇ ਵੀ ਸਹਾਇਤਾ ਦਿੱਤੀ ਜਾਵੇ, ਕਿਉਂਕਿ ਬਾਪ ਹੈਂਡੀਕੈਪਟ ਆ ਅਤੇ ਇਹਨਾਂ ਦਾ ਕੋਈ ਬੁਢਾਪੇ ਦਾ ਸਹਾਰਾ ਨਹੀਂ। ਪੋਸਟਮਾਰਟਮ ਵਗੈਰਾ ਕਰਾਏਗੇ? ਪੋਸਟਮਾਰਟਮ ਅਸਲ 'ਤੇ ਵਿੱਚ ਜਿਹੜਾ ਆਪਣਾ ਉਰੇ ਦਾ ਸਰਕਾਰ ਦਾ ਰਵੱਈਆ ਜਾਂ ਉਰੇ ਦੇ ਪ੍ਰਸ਼ਾਸਨ ਦਾ ਰਵੱਈਆ ਆਮ ਲੋਕਾਂ ਦੀ ਸੁਣੀ ਨਹੀਂ ਜਾਂਦੀ ਉਰੇ, ਤਾਂ ਇਹਨਾਂ ਲੋਕਾਂ ਨੂੰ ਡਰਾਇਆ ਜਾਂਦਾ ਸੀ ਵੀ ਤੁਹਾਡੇ 777 ਦੀ ਕਾਰਵਾਈ ਹੋ ਜੂਗੀ ਅਤੇ ਤੁਹਾਡੀ ਥਾਣਿਆਂ 'ਚ ਕਚਹਿਰੀਆਂ 'ਚ ਤੁਹਾਨੂੰ ਰੋਲਣਾ ਪਊਗਾ। ਇਸ ਕਰਕੇ ਇਹ ਪਰਿਵਾਰਾਂ ਨੂੰ ਡਰਨ ਦੇ ਬਜਾਏ ਅਨਪੜ੍ਹ ਹੋਣ ਦੇ ਕਾਰਨ ਉਹਨਾਂ ਨੇ ਪੋਸਟਮਾਰਟਮ ਨਹੀਂ ਕਰਾਇਆ।